ਵੀਡੀਓ ਦੇਖ ਰਹੇ ਸਾਰੇ ਹੀ ਸਬਸਕ੍ਰਾਈਬਰਾਂ ਨੂੰ ਅਤੇ ਚੈਨਲ ਤੇ ਪਹਿਲੀ ਵਾਰ ਆਏ ਨਵੇਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਇੰਡੀਆ ਦੇ ਵਿੱਚ ਜਿਹੜੀ ਪੀਸੀਸੀ ਹੈਗੀ ਹੈ ਉਹ ਕਿੰਨੇ ਟਾਈਪ ਦੀ ਹੁੰਦੀ ਹੈਗੀ ਹੈ ਠੀਕ ਹੈ ਸੋ ਪੂਰੀ ਜਾਣਕਾਰੀ ਜਿਹੜੀ ਹੈ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੇਣ ਜਾ ਰਿਹਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਕਿਰਪਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਵੀ ਪ੍ਰੈਸ ਜ਼ਰੂਰ ਕਰ ਲੈਣਾ ਤਾਂ ਜੋ ਕਿ ਤੁਹਾਨੂੰ ਸਾਡੀਆਂ ਆਉਣ ਵਾਲੀਆਂ ਵੀਡੀਓ ਦੀ ਵੀ ਜਾਣਕਾਰੀ ਜਿਹੜੀ ਆ ਸਮੇਂ-ਸਮੇਂ ਤੇ ਮਿਲਦੀ ਰਹੇ ਦੋਸਤੋ ਜਿਹੜੀ ਪੀਸੀਸੀ ਹੈਗੀ ਆ ਪੂਰੇ ਇੰਡੀਆ ਦੇ ਵਿੱਚ ਦੋ ਟਾਈਪ ਦੀ ਹੁੰਦੀ ਹੈਗੀ ਆ ਠੀਕ ਆ ਇੱਕ ਹੈਗੀ ਆ ਜੀ ਪੁਲਿਸ ਥਾਣੇ ਵਾਲੀ ਪੀਸੀਸੀ ਦੂਜੀ ਹੁੰਦੀ ਹੈ ਸਾਡੀ ਪਾਸਪੋਰਟ ਆਫਿਸ ਵਾਲੀ ਪੀਸੀਸੀ ਹੁਣ ਇਹਨਾਂ ਦੇ ਵਿੱਚ ਅੰਤਰ ਕੀ ਹੁੰਦਾ ਹੈ ਦੇਖੋ ਕਿ ਜਿਹੜੀ ਪੁਲਿਸ ਥਾਣੇ ਵਾਲੀ ਪੀ.ਸੀ.ਸੀ ਹੈਗੀ ਆ ਉਹ ਸਿਰਫ ਤੇ ਸਿਰਫ ਇੰਡੀਆ ਦੇ ਵਿੱਚ ਹੀ ਵੈਲਿਡ ਹੁੰਦੀ ਹੈ ਇੰਡੀਆ ਦੀਆਂ ਸਾਰੀਆਂ ਹੀ ਸਟੇਟਾਂ ਦੇ ਵਿੱਚ ਉਹ ਵੈਲਿਡ ਮੰਨੀ ਜਾਂਦੀ ਆ ਚਾਹੀ ਕੋਈ ਬੰਦਾ ਗਵਰਨਮੈਂਟ ਜੋਬ ਕਰਦਾ ਹੋਵੇ ਚਾਹੀ ਕੋਈ ਵਿਅਕਤੀ ਕਿਸੇ ਵੀ ਪ੍ਰਾਈਵੇਟ ਸੰਸਥਾ ਵਿੱਚ ਕੰਮ ਕਰਦਾ ਹੋਵੇ ਉੱਥੇ ਤੁਹਾਡੀ ਪੁਲਿਸ ਥਾਣੇ ਵਾਲੀ ਪੀ.ਸੀ.ਸੀ ਜਿਹੜੀ ਚੱਲ ਜਾਂਦੀ ਹੈਗੀ ਆ ਦੂਸਰੀ ਪੀ.ਸੀ.ਸੀ ਹੁੰਦੀ ਹੈ ਜੀ ਸਾਡੀ ਪਾਸਪੋਰਟ ਆਫਿਸ ਵਾਲੀ ਪਾਸਪੋਰਟ ਆਫਿਸ ਵਾਲੀ ਪੀਸੀਸੀ ਜਿਹੜੀ ਕਿ ਇੰਟਰਨੈਸ਼ਨਲ ワਲਡ ਲੈਵਲ ਤੇ ਚਲਦੀ ਹੈਗੀ ਆ ਜੇਕਰ ਤੁਸੀਂ ਕਿਸੇ ਵੀ ਕੰਟਰੀ ਵਿੱਚ ਕੰਮ ਕਰਦੇ ਹੈਗੇ ਹੋ ਪ੍ਰਾਈਵੇਟ ਜੋਬ ਕਰਦੇ ਹੋ ਠੀਕ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਆਪਣਾ ਬਿਜ਼ਨਸ ਕਰਦੇ ਹੈਗੇ ਹੋ ਜਿहां ਤੁਸੀਂ ਟੂਰਿਸਟ ਪਲੇਸ ਤੇ ਗਏ ਹੈਗੇ ਹੋ ਤਾਂ ਤੁਹਾਡੇ ਕੋਲੋਂ ਕਿਸੇ ਟਾਈਮ ਕੀ ਹੁੰਦਾ ਕਿ ਜੇਕਰ ਤੁਸੀਂ ਉਥੇ ਲੌਂਗ ਟਰਮ ਰਹਿਣਾ ਹੈਗਾ ਕਿਸੇ ਫੋਰਨ ਕੰਟਰੀ ਵਿੱਚ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਕਿ ਤੁਹਾਡੇ ਕੋਲੋਂ ਪੁਲਿਸ ਇਨਕੁਆਇਰੀ ਦੀ ਪੀਸੀਸੀ ਜਿਹੜੀ ਹੈਗੀ ਆ ਉਹ ਮੰਗੀ ਜਾਂਦੀ ਹੈਗੀ ਆ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਤੁਸੀਂ ਇੰਡੀਆ ਦੇ ਵਿੱਚ ਆਪਣੇ ਕਿਸੇ ਕਰੀਬੀ ਦੋਸਤ ਨੂੰ ਜਾਂ ਫਿਰ ਆਪਣੇ ਰਿਸ਼ਤੇਦਾਰ ਨੂੰ ਕਹਿੰਦੇ ਹੋ ਕਿ ਯਾਰ ਸਾਡੀ ਨਾ ਪੀਸੀਸੀ ਜਿਹੜੀ ਹੈਗੀ ਆ ਸਾਨੂੰ ਬਣਾ ਕੇ ਜਿਹੜੀ ਆ ਭੇਜੋ ਸੋ ਜਿਹੜੀ ਇੰਟਰਨੈਸ਼ਨਲ ਪੀਸੀਸੀ ਹੈਗੀ ਆ ਉਹ ਸਿਰਫ ਤੇ ਸਿਰਫ ਤੁਹਾਡੀ ਪਾਸਪੋਰਟ ਆਫਿਸ ਵਿੱਚੋਂ ਹੀ ਬਣਦੀ ਆ ਪਾਸਪੋਰਟ ਆਫਿਸ ਵਾਲੀ ਪੀਸੀਸੀ ਜਿਹੜੀ ਆ ਹਰੇਕ ਦੇਸ਼ ਵਿੱਚ ਵੈਲਿਡ ਹੈਗੀ ਆ APCC ਜੋ ਕਿ ਮੈਕਸਿਮਮ 1 ਇਅਰ ਦੇ ਲਈ ਵੈਲਿਡ ਹੁੰਦੀ ਹੈ ਗਿਆ ਕੁਝ ਕੰਟਰੀਆਂ ਦੇ ਵਿੱਚ ਜਿਹੜੀ ਹੈ ਸਿਰਫ ਤੇ ਸਿਰਫ 6 ਮੰਥ ਦੇ ਲਈ ਹੀ ਵੈਲਿਡ ਮੰਨੀ ਜਾਂਦੀ ਹੈ ਕਿਉਂਕਿ ਹੋ ਸਕਦਾ ਹੈ ਕਿ ਕਿਸੇ ਬੰਦੇ ਨੇ ਜਿਹੜਾ ਕ੍ਰੀਮਿਕਲ ਕੀਤਾ ਹੋਵੇ 2 ਜਾਂ 3 ਮਹੀਨੇ ਪਹਿਲਾਂ ਕ੍ਰੀਮਿਕਲ ਕੀਤਾ ਹੋਵੇ ਤੇ ਬਾਅਦ ਵਿੱਚ ਉਹ ਇੰਡੀਆ ਤੋਂ ਬਾਹਰ ਕਿਸੇ ਸਟੇਟ ਵਿੱਚ ਚਲਾ ਗਿਆ ਜਾਂ ਕੰਟਰੀ ਵਿੱਚ ਚਲਾ ਗਿਆ ਤਾਂ ਉੱਥੇ ਆ ਕੇ ਰਹਿ ਰਿਹਾ ਸੋ ਇਸ ਕਰਕੇ ਜਿਹੜੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੁੰਦਾ ਆ ਉਹ ਤੁਹਾਡੇ ਕੋਲੋਂ ਮੰਗਿਆ ਜਾਂਦਾ ਹੈਗਾ ਜਿਹੜੀ ਇੰਟਰਨੈਸ਼ਨਲ ਪੀਸੀਸੀ ਹੈਗੀ ਆ ਉਹ ਤੁਹਾਡੀ ਸਿਰਫ ਤੇ ਸਿਰਫ ਪਾਸਪੋਰਟ ਆਫਿਸ ਵਿੱਚੋਂ ਹੀ ਬਣੇਗੀ ਤੇ ਜਿਹੜੀ ਪੁਲਿਸ ਥਾਣੇ ਵਾਲੀ ਹੈਗੀ ਆ ਉਹ ਸਿਰਫ ਤੇ ਸਿਰਫ ਤੁਹਾਡੀ ਸਾਂਝ ਕੇਂਦਰ ਵਿੱਚੋਂ ਬਣ ਜਾਂਦੀ ਹੈਗੀ ਆ ਪ੍ਰੂਫ ਦੀ ਗੱਲ ਕਰੀਏ ਤਾਂ ਜਿਹੜੀ ਪੁਲਿਸ ਥਾਣੇ ਵਾਲੀ ਹੈਗੀ ਆ ਉਹਦੇ ਵਿੱਚ ਤੁਹਾਡਾ ਆਧਾਰ ਕਾਰਡ ਜਿਹੜਾ ਆ ਉਹ ਮੰਗਿਆ ਜਾਂਦਾ ਠੀਕ ਆ ਆਧਾਰ ਕਾਰਡ ਤੇ ਤੁਹਾਡੀ ਜਿਹੜੀ ਪੁਲਿਸ ਥਾਣੇ ਵਾਲੀ ਪੀਸੀਸੀ ਆ ਉਹ ਬਣ ਜਾਂਦੀ ਆ ਜਿਹੜੀ ਤੁਹਾਡੀ ਇੰਟਰਨੈਸ਼ਨਲ ਲੈਵਲ ਪੀਸੀਸੀ ਹੈਗੀ ਆ ਉਹਦੇ ਵਿੱਚ ਤੁਹਾਡਾ ਪਾਸਪੋਰਟ ਦਾ ਨੰਬਰ ਜਿਹੜਾ ਆ ਦਰਜ ਕੀਤਾ ਜਾਂਦਾ ਹੈਗਾ ਪੂਰੀ ਜਾਣਕਾਰੀ ਜਿਹੜੀ ਆ ਉਹਦੇ ਵਿੱਚੋਂ ਲਈ ਜਾਂਦੀ ਹੈਗੀ ਆ PCC ਜਿਹੜੀ ਆ ਕੋਈ ਵੀ ਵਿਅਕਤੀ ਅਪਲਾਈ ਕਰ ਸਕਦਾ ਹੈਗਾ ਜ਼ਰੂਰੀ ਨਹੀਂ ਕਿ ਜਿਸ ਬੰਦੇ ਦੀ ਤੁਸੀਂ PCC ਅਪਲਾਈ ਕਰ ਰਹੇ ਹੋ ਉਹ ਤੁਹਾਡੇ ਜੇਕਰ ਕੋਈ ਫੋਨ ਕੰਟਰੀ ਵਿੱਚ ਬੈਠਾ ਹੈ ਤੇ ਉਹਸ ਨੂੰ ਇੰਡੀਆ ਆਣਾ ਹੋਵੇਗਾ ਇਦਾਂ ਦਾ ਕੁਝ ਨਹੀਂ ਹੈਗਾ ਕੋਈ ਵੀ ਤੁਹਾਡਾ ਰਿਸ਼ਤੇਦਾਰ ਜਿਹੜਾ ਹੈ ਅਪਲਾਈ ਕਰ ਸਕਦਾ ਹੈਗਾ ਠੀਕ ਆ ਸੋ ਇਹ ਸੀ ਬਾਕੀ ਜਿਹੜੀ ਇਹਨਾਂ ਵਿੱਚੋਂ ਦੇਖੋ ਕਿ ਦੋਵੇਂ ਹੀ PCC ਜਿਹੜੀਆਂ ਵਧੀਆ ਹੈਗੀਆਂ ਨਹੀਂ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜਿਹੜੀ ਜੀ ਪੁਲਿਸ ਥਾਣੇ ਵਾਲੀ ਆ ਉਹ ਵਧੀਆ ਨਹੀਂ ਹੈਗੀ ਜਿਹੜੀ ਪੁਲਿਸ ਥਾਣੇ ਵਾਲੀ ਆ ਉਹ ਤੁਹਾਡੀ ਸਿਰਫ ਤੇ ਸਿਰਫ ਇੰਡੀਆ ਲੈਵਲ ਤੇ ਹੀ ਚੱਲੇਗੀ ਜਿਹੜੀ ਪਾਸਪੋਰਟ ਆਫਿਸ ਵਾਲੀ ਆ ਉਹ ਤੁਹਾਡੀ ਇੰਟਰਨੈਸ਼ਨਲ ਚੱਲੇਗੀ ਠੀਕ ਆ ਸੋ ਇਹ ਸੀ ਮੇਰਾ ਅੱਜ ਦਾ ਵੀਡੀਓ ਹੋਰ ਵੀਡੀਓ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਨਾ ਧੰਨਵਾਦ